ਅੱਜ ਮੋਹਾਲੀ ਦੇ ਸਫਾਈ ਕਰਮਚਾਰੀ ਵੱਲੋਂ ਪੂਰਨ ਤੌਰ 'ਤੇ ਡੀ ਸੀ ਦਫ਼ਤਰ ਦੇ ਮੂਹਰੇ ਲਿਆ ਕੇ ਕੂੜਾ ਸੁੱਟਣ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਸੀ। ਹਾਲਾਂਕਿ ਕੂੜਾ ਜਿਹੜਾ ਪੂਰਨ ਤੌਰ 'ਤੇ ਰੇਹੜੇ ਦੇ ਵਿੱਚ ਭਰ ਕੇ ਲਿਆਂਦਾ ਵੀ ਗਿਆ ਅਤੇ ਸਾਡਾ ਪ੍ਰਧਾਨ ਪਵਨ ਜੀ ਮੌਜੂਦ ਨੇ। ਪਵਨ ਜੀ, ਕੀ ਕੁਛ ਮੰਗਾਂ ਜਿਹੜੀਆਂ ਨੇ ਉਸ ਦੇ ਚੱਲਦਿਆਂ ਤੁਸੀਂ ਅੱਜ ਡੀ ਸੀ ਦਫ਼ਤਰ ਦਾ ਘਿਰਾਓ ਕਰਨ ਆਏ ਹੋ? ਇਹ ਜਿਹੜੀ ਸਾਡੀ ਮੰਗਾਂ ਹੈ, ਇਹ ਪਿਛਲੇ 2-3 ਮਹੀਨੇ ਤੋਂ ਲਗਾਤਾਰ ਮੇਅਰ ਸਾਹਿਬ, ਮਾਨਯੋਗ ਕਮਿਸ਼ਨ ਨਾਲ ਮੀਟਿੰਗਾਂ ਚੱਲਦੀਆਂ ਆ ਰਹੀਆਂ। ਲਗਾਤਾਰ ਸਾਨੂੰ ਉਹ ਝੂਠੇ ਲਾਰੇ ਦੇ ਰਹੇ ਵੀ ਤੁਹਾਡੀ ਮੰਗਾਂ ਮੰਨੀ ਨਹੀਂ ਜਾਣਗੀਆਂ, ਲੇਕਿਨ ਉਹ ਬਿਲਕੁਲ ਵੀ ਸਾਡੀ ਮੰਗ ਨਹੀਂ ਮੰਨੀ ਜਾ ਰਹੀ ਹੈ। ਅੱਜ ਹੜਤਾਲ ਦਾ 3ਜਾ ਦਿਨ ਹੈ, ਸਾਰੇ ਮੋਹਾਲੀ ਦਾ ਸ਼ਹਿਰ ਦਾ ਸਫਾਈ ਦਾ ਕੰਮ ਆ ਸੜਕਾਂ 'ਤੇ ਉਤਰਿਆ ਹੋਇਆ ਹੈ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਕਿ ਨਾਮ ਤੁਹਾਡੀ ਤਨਖਾਹਾਂ ਵਧਾਈ ਜਾਣਗੀਆਂ, ਕਿਉਂਕਿ ਮੈਂ ਆਪ ਜੀ ਨੂੰ ਚਾਨਣਾ ਪਾਵਾਂਗਾ ਵੀ ਸਾਡਾ ਮੋਹਾਲੀ ਸ਼ਹਿਰ ਮਹਿੰਗਾ ਸ਼ਹਿਰ ਹੈ, ਚੰਡੀਗੜ੍ਹ ਵਰਗਾ ਸ਼ਹਿਰ ਹੈ। ਇੱਥੇ ਸਾਨੂੰ 10,000 ਰੁਪਏ ਦਿੱਤੇ ਜਾਂਦੇ ਹੈ ਅਤੇ 10,000 ਦੇ ਬਦਲੇ ਸਾਡੇ ਤੋਂ ਵਾਧੂ ਕੰਮ ਲਿਆ ਜਾਂਦਾ ਹੈ। ਉਸ 10,000 ਦੇ ਵਿੱਚ 5,000 ਰੁਪਏ ਕਮਰੇ ਦਾ ਕਿਰਾਇਆ ਕੱਢ ਕੇ, ਕੋਈ ਜਿੰਨੇ ਵੀ ਲੋਕ ਤੁਸੀਂ ਦੇਖ ਰਹੇ ਹੋ ਬਾਹਰੋਂ ਆਏ ਹੋਏ ਲੋਕ ਹੈ, ਸਾਰੇ ਕਿਰਾਏ 'ਤੇ ਰਹਿੰਦੇ ਹੈ ਅਤੇ ਕਿਰਾਇਆ 5,000 ਕਿਰਾਇਆ ਦੇ ਕੇ ਪਿੱਛੇ ਇਹਨਾਂ ਨੂੰ ਰੋਟੀ ਖਾਣਾ, ਬੱਚਿਆਂ ਦੀ ਫੀਸ ਦੇਣੀ ਬਹੁਤ ਮੁਸ਼ਕਲ ਹੁੰਦਾ ਵਿਚਾਰਾ। ਸਾਡੀ ਵਿਸ਼ੇਸ਼ ਮੰਗ ਹੈ ਕਿ ਸਾਡੀ ਤਨਖਾਹਾਂ ਵਧਾ ਕੇ ਚੰਡੀਗੜ੍ਹ ਦੇ ਬਰਾਬਰ 22,000 ਰੁਪਏ ਕੀਤੀ ਜਾਵੇ ਅਤੇ ਦੂਜੀ ਜਿਹੜੀ ਵਿਸ਼ੇਸ਼ ਮੰਗ ਹੈ ਇਹ ਸਾਡੀ ਸਾਨੂੰ ਵਰਦੀਆਂ ਟਾਈਮ ਸਿਰ ਨਹੀਂ ਦੀ ਜਾਂਦੀ ਹੈ, ਟਾਈਮ ਸਿਰ ਸਾਨੂੰ ਸਹੂਲਤਾਂ ਨਹੀਂ ਦਿੱਤੀ ਜਾਂਦੀਆਂ ਅਤੇ ਇਹਨਾਂ ਦੀ ਸਾਡੀ ਮੰਗਾਂ ਤਾਂ ਕੀ ਮੰਨਣੀ ਸੀਗੀ, ਇਹਦੇ ਉਲਟ ਇੱਕ ਅੰਗਰੇਜ਼ਾਂ ਦੇ ਜ਼ਮਾਨੇ ਦਾ ਕਾਲਾ ਕਾਨੂੰਨ ਲੈ ਕੇ ਆ ਰਹੇ ਹਾਂ। ਇੱਕ ਵਾਲਮੀਕਿ ਸਮਾਜ ਵਿਰੋਧੀ ਫੈਸਲਾ, ਇੱਕੋ ਹੀ ਫੈਸਲੇ ਸਾਡੇ ਪਬਲਿਕ ਟੋਇਲਟ 'ਤੇ ਕੰਮ ਕਰਦੇ 200 ਸਫਾਈ ਸੇਵਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ, ਜਿਹਦਾ ਅਸੀਂ ਕੜਾ ਵਿਰੋਧ ਕਰ ਰਹੇ ਹਾਂ ਅਤੇ ਕਿਸੇ ਵੀ ਕੀਮਤ 'ਚ ਇਹ ਅਸੀਂ ਬੇਰੁਜ਼ਗਾਰ ਨਹੀਂ ਹੋਣ ਦੇਵਾਂਗੇ, ਕਿਉਂਕਿ ਪਿਛਲੇ ਠੇਕੇਦਾਰ ਦੇ ਵੇਲੇ ਇੱਕ ਬਾਥਰੂਮ 'ਤੇ 4 ਬੰਦੇ ਕੰਮ ਕਰਦੇ ਸੀਗੇ, ਹੁਣ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅੰਗਰੇਜ਼ਾਂ ਵਾਂਗੂ 16-16 ਘੰਟੇ ਕੰਮ ਲਾਵਾਂਗੇ, ਸਿਰਫ 2 ਹੀ ਬੰਦਿਆਂ ਤੋਂ ਕੰਮ ਕਰਾਵਾਂਗੇ। ਅਤੇ ਨਵੀਂ ਗੱਲ ਸਾਡੇ ਸੁਣਨ 'ਚ ਆਈ ਹੈ ਵੀ ਜਿਹੜਾ ਲੇਡੀਜ਼ ਬਾਥਰੂਮ ਜਿਹੜੀ ਸਫਾਈ ਕਰਦੀ, ਪਹਿਲਾਂ ਲੇਡੀਜ਼ ਕਰਦੀ ਸੀਗੀ, ਉਹ ਵੀ ਇਹ ਜੈਂਸ ਬੰਦੇ ਤੋਂ ਕਰਵਾਉਂਗੇ ਜੋ ਕਿ ਨਿਰੇ ਹੀ ਤੱਕਾ ਹੈ ਵਾਲਮੀਕਿ ਸਮਾਜ ਨਾਲ, ਅਤੇ ਸਾਡੇ ਬੰਦੇ ਇਹ ਬੇਰੁਜ਼ਗਾਰ ਕਰ ਰਹੇ ਹਾਂ। ਅਸੀਂ ਕਿਸੇ ਵੀ ਕੀਮਤ 'ਤੇ ਬੇਰੁਜ਼ਗਾਰ ਨਹੀਂ ਹੋਣ ਦੇਣੇ, ਸਾਡੀ ਮੰਗ ਹੈ ਵੀ ਸਾਡੀ ਤਨਖਾਹਾਂ ਵਧਾਈਆਂ ਜਾਣ ਵੀ ਅਤੇ ਸਾਡੀਆਂ ਜਿਹੜੇ ਬੰਦੇ ਜਿਹੜੇ ਕੱਢੇ ਜਾ ਰਹੇ ਉਹਨਾਂ ਨੂੰ ਮੁੜ ਨੌਕਰੀ 'ਤੇ ਰੱਖਿਆ ਜਾਵੇ, ਤਾਂ ਹੀ ਹੜਤਾਲ ਖੁੱਲੂਗੀ, ਨਗਰ ਨਹੀਂ ਤਾਂ ਹੜਤਾਲ ਇਹ ਜਾਰੀ ਰਹੂਗੀ। ਜੇਕਰ ਕਰਮਚਾਰੀ ਦੀ ਗੱਲ ਕੀਤੀ ਜਾਵੇ, ਕਰਮਚਾਰੀ ਹੁਣ ਨੌਕਰੀ 'ਤੇ ਹੈਗੇ ਨੇ ਜਾਂ ਨਹੀਂ ਕਿ ਕੱਢ ਦਿੱਤੇ ਗਏ? ਇਹ ਹਾਲੇ ਨਵੇਂ ਠੇਕੇਦਾਰ ਨੇ ਚਾਰਜ ਲਿਆ, ਇਹਨਾਂ ਦਾ ਕਿਸੇ ਦਾ ਕੋਈ ਡਾਕੂਮੈਂਟ ਉਹਨੇ ਨਹੀਂ ਲਿਆ, ਇਹ ਜ਼ਬਰਦਸਤੀ ਤੌਰ 'ਤੇ ਆਪਣੀ ਡਿਊਟੀ 'ਤੇ ਹਾਲੇ ਬੈਠੇ ਹੋਏ ਹੈ, ਕੋਈ ਕਿਤੇ ਇਹਨਾਂ ਦੀ ਹਾਜ਼ਰੀ ਨਹੀਂ ਲੱਗ ਰਹੀ ਹੈ, ਨਾ ਹੀ ਇਹਨਾਂ ਦੀ ਕੋਈ ਤਨਖਾਹ ਬਣ ਰਹੀ ਹੈ। ਇਸ ਕਰਕੇ ਸਾਡਾ ਵਿਰੋਧ ਚੱਲ ਰਿਹਾ ਹੈ, ਜਦੋਂ ਤੱਕ ਸਾਡੀ ਮੰਗਾਂ ਨਹੀਂ ਮੰਨੀ ਜਾਂਦੀਆਂ ਇਹ ਸੰਘਰਸ਼ ਜਿਹੜਾ ਹੋਰ ਤਿੱਖਾ ਰੂਪ ਲਏਗਾ। ਜੇ ਡੀ ਸੀ ਸਾਹਿਬ ਨਾਲ ਸਾਡੀ ਗੱਲਬਾਤ ਹੋਣ ਦੀ ਆਸ ਹੈ, ਜੇ ਨਹੀਂ ਮੰਨੀ ਗਈ ਤਾਂ ਇਹ ਸੰਘਰਸ਼ ਜਿਹੜਾ ਇਹ ਵਧੇਗਾ, ਤਿੱਖਾ ਰੂਪ ਲਏਗਾ ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਘਰ ਘਰ ਤੋਂ ਕੂੜਾ ਚੁੱਕਣ ਦਾ ਕੰਮ ਹੈ ਉਹ ਵੀ ਬੰਦ ਹੋਵੇਗਾ। ਜੇਕਰ ਨਵੇਂ ਠੇਕੇਦਾਰ ਦੀ ਗੱਲ ਕੀਤੀ ਜਾਵੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਕਿ ਪੁਰਾਣੇ ਕਰਮਚਾਰੀ ਨੇ ਉਹਨਾਂ ਨੂੰ ਹੀ ਦੁਬਾਰਾ ਜਿਹੜਾ ਰੱਖਿਆ ਜਾਵੇ, ਨਵੇਂ ਕਰਮਚਾਰੀ ਨਾ ਰੱਖੇ ਜਾਣ, ਕਿਉਂਕਿ ਜੇ ਨਵੇਂ ਕਰਮਚਾਰੀ ਆਉਂਦੇ ਨੇ ਤਾਂ 16-16 ਘੰਟੇ ਉਹਨਾਂ ਤੋਂ ਡਿਊਟੀ ਦੇਣੀ ਅਤੇ ਥਰਡ ਤੋਂ ਵੀ ਲੈ ਸਕਦੇ ਨੇ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਰਮਚਾਰੀ ਤਾਂ ਪੁਰਾਣੇ ਲੈ ਰਹੇ ਹਨ, ਪਰ 400 ਦੀ ਜਗ੍ਹਾ 200 ਤੱਕ ਮਿਲਣਾ ਚਾਹ ਰਹੇ ਹੈ, 4 ਬੰਦੇ ਦੀ ਜਗ੍ਹਾ 2 ਬੰਦੇ ਲੈ ਰਹੇ ਹੈ, ਕਿਉਂਕਿ 200 ਬੰਦਾ ਨਿਰੇ ਇੱਕ ਵਾਰ 'ਚ ਬੇਰੁਜ਼ਗਾਰ ਕਰ ਰਹੇ ਹੈ, ਇਹ ਤੱਕਾ ਹੈ, ਵਾਲਮੀਕਿ ਸਮਾਜ ਤੱਕਾ ਹੈ। ਇਹ ਮੈਡਮ ਕਮਿਸ਼ਨਰ, ਇਹ ਅਜਿਹੀ ਮਤਲਬ ਕਿ ਪਹਿਲੀ ਵਾਰੀ ਪਿਛਲੇ 15 ਸਾਲਾਂ ਦੇ ਵਿੱਚ ਅਸੀਂ ਅਜਿਹੇ ਅਫਸਰਸ਼ਾਹੀ ਆਈ ਹੈ ਵੀ ਜਿਹੜੀ ਇੱਕੋ ਵਾਰ 'ਚ ਵਾਲਮੀਕਿ ਸਮਾਜ ਨਾਲ ਸੰਬੰਧਿਤ 200 ਪਰਿਵਾਰਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ, ਇਹ ਸਾਡੇ ਹਿਸਾਬ ਨਾਲ ਬਹੁਤ ਵੱਡਾ ਤੱਕਾ ਹੈ ਜਿਹਦੇ ਖਿਲਾਫ਼ ਅਸੀਂ ਸੜਕਾਂ 'ਤੇ ਉਤਰੇ ਹੋਏ ਹਾਂ। ਜੇਕਰ ਅੱਜ ਮੈਡਮ ਕਮਿਸ਼ਨਰ ਨਾਲ ਗੱਲ ਹੁੰਦੀ ਹੈ, ਜੇਕਰ ਉਹਨਾਂ ਵਿੱਚੋਂ ਕੋਈ ਹੱਲ ਨਿਕਲਦਾ ਤਾਂ ਹੜਤਾਲ ਜਿਹੜੀ ਉਟਾਲੀ ਜਾ ਸਕਦੀ, ਨਹੀਂ ਤਾਂ ਅਗਲਾ ਐਕਸ਼ਨ? ਜੇਕਰ ਮਾਨਯੋਗ ਡੀ ਸੀ ਸਾਹਿਬ ਸਾਡੀ ਸਫਾਈ ਕਾਮੇ ਦੀਆਂ ਮੰਗਾਂ ਮੰਨਦੇ ਹੈ, ਮੰਗਾਂ ਮੰਨਣ ਦਾ ਭਰੋਸਾ ਦਿੰਦੇ ਜੀ, ਸਾਡੀਆਂ ਤਨਖਾਹਾਂ ਵਧਾਉਣ ਦਾ ਜਾਂ ਸਾਡੇ ਬੰਦਾ ਕੋਈ ਬੇਰੁਜ਼ਗਾਰ ਨਹੀਂ ਹੋਵੇਗਾ ਇਹੋ ਜਿਹਾ ਭਰੋਸਾ ਦਿੰਦੇ, ਸਾਡੀ ਮੰਗਾਂ ਮੰਨਦੇ ਹੈ, ਤਾਂ ਜ਼ਰੂਰ ਅਸੀਂ ਹੜਤਾਲ ਵਾਪਸ ਲਵਾਂਗੇ। ਜੇ ਫਿਰ ਵੀ ਜੇ ਮੀਟਿੰਗ ਵਿੱਚ ਕੋਈ ਸੀਟਾਂ ਨਾ ਨਿਕਲਿਆ ਤਾਂ ਇਹ ਹੋਰ ਵੱਡਾ ਸੰਘਰਸ਼ ਹੋਏਗਾ ਅਤੇ ਘਰ ਘਰ ਤੋਂ ਘੜ ਚੁੱਕਣ ਦਾ ਕੰਮ ਵੀ ਬੰਦ ਕੀਤਾ ਜਾਏਗਾ, ਸਾਰੀਆਂ ਗੱਡੀਆਂ ਬੰਦ ਕੀਤੀਆਂ ਜਾਣਗੀਆਂ। ਤਾਂ ਬਿਲਕੁਲ, ਜੇਕਰ ਮੋਹਾਲੀ ਦੀ ਗੱਲ ਕੀਤੀ, ਮੋਹਾਲੀ ਦੇ ਵਿੱਚ ਲਗਾਤਾਰ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ, ਜਿਹੜਾ ਕਿ ਜਿਵੇਂ ਕਿ ਕੂੜਾ ਚੱਕਣ ਦੀ ਗੱਲ ਕੀਤੀ ਹੋਵੇ, ਕਿ ਬਾਥਰੂਮਾਂ ਦੀ ਗੱਲ ਕੀਤੀ ਹੋਵੇ, ਹਾਲਾਂਕਿ ਪੂਰਨ ਤੌਰ 'ਤੇ ਮੋਹਾਲੀ ਦੇ ਵਿੱਚ ਸਫਾਈ ਜਿਹੜੀ ਆ ਉਹ ਕਰਮਚਾਰੀ ਇਹ ਕਰਦੇ ਹੋਏ ਨਜ਼ਰ ਆਉਂਦੇ। ਦੇਖੋ ਤੁਸੀਂ ਦੂਰ ਤੱਕ ਕਰਮਚਾਰੀ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪੁੱਜੇ ਨੇ ਜੋ ਪ੍ਰੋਟੈਸਟ ਕਰਦੇ ਹੋਏ ਨਜ਼ਰ ਆਉਣ, ਜਿਸ ਦੇ ਵਿੱਚ ਦੇਖਿਆ ਜਾਵੇ ਤਾਂ ਪੂਰਨ ਤੌਰ 'ਤੇ ਫਿਲਹਾਲ ਮੋਹਾਲੀ ਦੇ ਵਿੱਚ ਸਫਾਈ ਦਾ ਕੰਮ ਜਿਹੜਾ ਅੱਜ ਬੰਦ ਹੁੰਦਾ ਹੋਇਆ ਨਜ਼ਰ ਆ ਰਿਹਾ। ਰੋਸ਼ ਹੈ, 400 ਵਿੱਚੋਂ 200 ਜੇਕਰ ਗੱਲ ਕੀਤੀ ਜਾਵੇ ਤਾਂ ਕਰਮਚਾਰੀ ਤੋਂ ਕੰਮ ਲੈਣ ਦੀ ਗੱਲ ਉਹ ਕੀਤੀ ਜਾ ਰਹੀ ਹੈ। ਮੋਹਾਲੀ ਤੋਂ ਵਿਡੀਜ਼ਨਲ ਸ਼ਵਰਿੰਦਰ ਸਿੰਘ ਦੇ ਨਾਲ ਸੰਦੀਪ ਸਿੰਘ, ਅਜੀਤ ਵੈਬ ਟੀਵੀ।